ਜੇਈ ਸਾਹਿਬ, ਸੈਕਟਰੀ ਸਾਹਿਬ, ਪੰਚਾਇਤ ਦੀ ਜ਼ਮੀਨ ਦੇ ਵਿੱਚ ਜੋ ਇਹ ਪਪੂਲਰ ਲੱਗੇ ਸੀ, ਇਹ ਪਪੂਲਰ ਪੱਟੇ ਗਏ ਨੇ। ਵੀਡੀਓ ਸਾਹਿਬ, ਬਾਬਾ ਲਾਭ ਸਿੰਘ ਆਲੂ ਪੰਚਾਇਤ ਦੀ ਜਗ੍ਹਾ ਦੇ ਵਿੱਚ ਇਹ ਪਪੂਲਰ ਸੀ ਜੋ ਕਿ ਪਟਾ ਕੇ ਇਹਨਾਂ ਨੇ ਵੇਚੇ ਨੇ। ਆਹ ਲੇਬਰ ਲੱਗੀ ਹੈ ਪੱਟਣ ਵਾਲੀ, ਠੀਕ ਹੈ ਜੀ। ਆਹ ਦੇਖੋ ਕਿੰਨੇ ਪਪੂਲਰ ਨੇ, ਸਿਰੇ ਤੋਂ ਸਿਰੇ ਤੱਕ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਘੱਟ ਤੋਂ ਘੱਟ ਵੀ 70 ਪਪੂਲਰ ਹੋਣਗੇ ਜੀ, ਜੋ ਸਿਰੇ ਤੋਂ ਸਿਰੇ ਤੱਕ। ਇਹ ਆਹ ਦੇਖੋ, ਨਾ ਨਾ ਪੱਟਣ ਦੇ ਸਿੱਟਦੇ ਸਿੱਟਦੇ ਥੱਲੇ ਉਹ ਬਾਈ, ਦੇਖੋ ਜੀ ਕਿੱਡਾ ਵੱਡਾ ਪਪੂਲਰ ਹੈ ਜੋ ਲੇਬਰ ਵਾਲੇ ਥੱਲੇ ਸਿੱਟ ਰਹੇ ਨੇ। ਔਰ ਸਾਡੇ ਕਹਿਣ ਦੇ ਬਾਵਜੂਦ ਵੀ ਬਾਬਾ ਦਦਾਰ ਸਿੰਘ ਕਹਿੰਦਾ ਭਾਈ ਨਾ ਪੱਟੋ, ਪੰਚਾਇਤ ਦੇ ਨੇ, ਫਿਰ ਵੀ ਇਹ ਲੇਬਰ ਵਾਲੇ ਹਟੇ ਨਹੀਂ ਹੈਗੇ। ਇਹਨਾਂ ਨੇ ਫਿਰ ਵੀ ਪੂਲਰ ਥੱਲੇ ਸਿੱਟਤਾ, ਦੇਖੋ ਜੀ ਸਿਰੇ ਤੋਂ ਸਿਰੇ ਤੱਕ ਪੰਚਾਇਤ ਦਾ ਕਿੰਨਾ ਨੁਕਸਾਨ ਕਰਿਆ ਇਸ ਬੰਦਿਆਂ ਨੇ। ਔਰ ਆਹ ਖੜੇ ਨੇ ਪੰਜ ਚਾਰ ਪਪੂਲਰ, ਇਹ ਵੀ ਹੁਣ ਰਾਤੋ ਰਾਤ ਪੱਟੇ ਜਾਣੇ ਨੇ। ਇਹ ਜਿਹੜਾ ਪੱਟਿਆ ਹੋਇਆ ਪਪੂਲਰ, ਇਹ ਰਾਤੋ ਰਾਤ ਹੀ ਹੁਣੇ ਘੰਟੇ ਦੋ ਘੰਟੇ ਤੱਕ ਚੱਕ ਹੋ ਜਾਣਾ ਜੀ। ਹਾਂ, ਉਹ ਬਾਈ ਤੁਹਾਡਾ ਠੇਕੇਦਾਰ ਕਿੱਥੇ ਹੈ? ਹਾਂ, ਉਰੇ ਆ, ਆਜਾ, ਮੇਰੀ ਗੱਲ ਸੁਣ। ਆਹ ਦੇਖੋ ਜੀ ਕਿੱਡਾ ਵੱਡਾ ਪਪੂਲਰ ਹੈ। ਆਹ ਦੇਖੋ ਜੀ, ਆਹ ਬੂਟੇ ਜਿਹੜੇ ਆ ਵੱਢ ਹੋ ਰਹੇ ਆ, ਤਕਰੀਬਨ ਘੱਟ ਤੋਂ ਘੱਟ ਵੀ 60-70 ਬੂਟੇ ਨੇ ਪੰਚਾਇਤ ਦੀ ਜ਼ਮੀਨ 'ਚ ਲੱਗੇ ਹੋਏ ਸੀ ਇਹ। ਸਰ, ਪੰਚਾਇਤ ਦੇ ਖੇਤ ਦੇ ਵਿੱਚੋਂ ਲਾਭ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਗੁੰਡਾਗਰਦੀ ਕਰਦੇ ਹੋਏ 60-70 ਬੂਟੇ ਦਾ ਕਤਲ ਕਰ ਦਿੱਤਾ ਗਿਆ, ਤੇ ਅਸੀਂ ਉਸ ਦੇ ਸੰਬੰਧ ਵਿੱਚ ਬੂਟਾ ਸਿੰਘ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਚੌਂਕੀ ਵਿੱਚ ਦਰਖਾਸਤ ਕੀਤੀ, ਥਾਣੇ ਆ ਕੇ ਦਰਖਾਸਤ ਕੀਤੀ, ਜਿਸ ਦੇ ਸੰਬੰਧ ਸਾਡੀ ਕੋਈ ਸੁਣਵਾਈ ਨਹੀਂ ਹੋਈ। ਤੇ ਅੱਜ ਜਿਹੜੇ ਮਹਿਕਮੇ ਵਾਲੇ ਮੌਕਾ ਦੇਖਣ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਭਾਈ ਆ ਕੇ ਮੌਕਾ ਦਿਖਾ ਦਿਓ। ਅਸੀਂ ਮੌਕਾ ਦਿਖਾਣ ਗਏ ਤੇ ਲਾਭ ਸਿੰਘ ਦੇ ਮੁੰਡੇ ਦਾਗਾ ਤੇ ਗੁਰਪ੍ਰੀਤ ਸਿੰਘ, ਉਹਦਾ ਭਤੀਜਾ ਲਾਭ ਸਿੰਘ ਦਾ, ਤੇ ਪ੍ਰਲੋਚਨ ਸਿੰਘ, ਤੇ ਇੱਕ ਕੁਲਵਿੰਦਰ ਸਿੰਘ ਕਾਲਾ, ਇੱਕ ਸਰਬਜੀਤ ਸਿੰਘ, ਤੇ ਇੱਕ ਦੋ ਬੰਦੇ ਸੀ ਕਿ ਆਪਣੇ ਲੇਬਰ ਵਾਲੇ, ਇਹਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਹਮਲਾ ਕਰਕੇ ਸਾਡੇ ਤੇ ਅਜਿਹੀਆਂ ਸੱਟਾਂ ਮਾਰੀਆਂ, ਪੰਚ ਮਾਰਿਆ, ਮਨਜੀਤ ਸਿੰਘ ਦੇ ਸਿਰ ਵਿੱਚ ਪੰਚ ਮਾਰਿਆ, ਜਿਸ ਦੇ ਨਾਲ ਉਹਨਾਂ ਦੀ ਬਹੁਤ ਜ਼ਿਆਦਾ ਡੂੰਘੀ ਸੱਟ ਲੱਗ ਗਈ। ਤੇ ਇੱਕ ਨੇ ਮਨਜੀਤ ਸਿੰਘ ਦੇ ਛਾਤੀ ਤੇ ਵਾਰ ਕੀਤਾ ਜੀ, ਕਿਰਪਾਨ ਮਾਰੀ ਛੋਟੀ, ਤੇ ਉਹਦੇ ਨਾਲ ਵੀ ਉਹਨਾਂ ਦੇ ਛਾਤੀ ਤੇ ਜ਼ਖਮ ਬਹੁਤ ਜ਼ਿਆਦਾ ਹੋ ਗਿਆ। ਹਮਲਾ ਕਰਨ ਵਾਲੇ ਕਿਹੜੇ ਪਿੰਡ ਦੇ ਸੀ? ਪਿੰਡ ਸਤਾਬਗੜ੍ਹ ਦੇ ਜੀ, ਜਿਹਨਾਂ ਬੂਟੇ ਪੱਟੇ ਆ ਜੀ। ਕਾਰਨ ਕੀ ਹੈ ਬੂਟੇ ਪੱਟਣ ਦਾ? ਬਾਜੀ ਪੱਕਾ ਗੁੰਡਾਗਰਦੀ ਹੈ ਜੀ। ਇਹ ਪਲਾਟ ਕੀ ਦਾ ਹੈ? ਸਰਕਾਰੀ ਹੈ? ਪੰਚਾਇਤ ਦਾ ਪਲਾਟ ਆ ਜੀ। ਇਹ ਕਦੋਂ ਦੀ ਘਟਨਾ ਜੀ? ਇਹ ਅੱਜ ਦੀ ਘਟਨਾ ਜੀ। ਅੱਜ? ਹਾਂਜੀ। ਤੇ ਜਿਹੜੀਆਂ ਸੱਟਾਂ ਵੱਜੀਆਂ ਨੇ ਉਹ ਤੁਹਾਡੇ ਕੀ ਲੱਗਦੇ? ਮਾਮਾ ਜੀ ਆਪਣੇ। ਕਿੰਨੀ ਕੁ ਉਮਰ ਹੈ ਜੀ? ਤਕਰੀਬਨ 42-48 ਸਾਲ ਹੈ ਜੀ। ਤੇ ਪੰਚਾਇਤ ਦੇ ਜੀ ਮਾਲਕ ਆਉਂਦੀ ਹੈ, ਵੀਡੀਓ ਦਫ਼ਤਰ ਮਾਲਕ ਆਉਂਦਾ ਜੀ, ਤੇ ਅਸੀਂ ਵੀਡੀਓ ਦਫ਼ਤਰ ਨੂੰ ਸੂਚਨਾ ਕਰਤੀ, ਪੁਲਿਸ ਨੂੰ ਸੂਚਨਾ ਕਰ ਦਿੱਤੀ ਹੈ, ਤੇ ਪੁਲਿਸ ਨੇ ਤਕਰੀਬਨ ਕਹਿੰਦੀ ਹੈ ਜੀ ਅਸੀਂ ਪਹਿਲੇ ਦੇਖਾਂਗੇ
ਇਹਦੀ ਜ਼ਮੀਨ ਲਾਭ ਸਿੰਘ ਦੀ ਹੈ ਜਾਂ ਪੰਚਾਇਤ ਦੀ ਹੈ। ਜਦ ਕਿ ਅਸੀਂ ਕਿਹਾ ਵੀ ਅਸੀਂ ਇਸ ਸੰਬੰਧੀ ਆਪਣਾ ਐਫੀਡੇਵਿਟ ਦਿੰਦੇ ਹਾਂ ਕਿ ਜ਼ਮੀਨ ਪੰਚਾਇਤ ਦੀ ਹੈ, ਜੇਕਰ ਲਾਭ ਸਿੰਘ ਦੀ ਨਿਕਲੀ ਸਾਡੇ ਕੋਲ ਪਰਚਾ ਕਰ ਦਿਓ ਜੀ। ਤੇ ਫਿਰ ਵੀ ਤਕਰੀਬਨ ਪਤਾ ਨੀ ਕੀ ਗੱਲ ਹੈ, ਇਹਨਾਂ ਤੇ ਕਿਹੜਾ ਪ੍ਰੈਸ਼ਰ ਹੈ ਜੀ ਐਸ ਐਚ ਓ ਤੇ, ਉਹਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਨਹੀਂ ਜੀ, ਪੁਰਾਣੀ ਰੰਜਿਸ਼ ਨਹੀਂ ਹੈਗੀ, ਸਿਰਫ ਅਸੀਂ ਬੂਟੇ ਲਗਾ ਰਹੇ ਹਾਂ ਜੀ ਪਿੰਡ ਵਿੱਚ ਵਾਤਾਵਰਨ ਸ਼ੁੱਧਤਾ ਵਾਸਤੇ। ਤੇ ਸ਼ਮਸ਼ਾਨ ਘਾਟ ਜੀ ਬੂਟੇ ਬਹੁਤ ਜ਼ਿਆਦਾ ਲਗਾਏ ਗਏ ਆ ਜੀ, ਇਹ ਬੂਟੇ ਲੱਗੇ ਹੋਏ, ਇਹਨਾਂ ਨੇ 70 ਬੂਟੇ ਨਵਾਣ ਕਤਲ ਕਰਤਾ ਜੀ। ਤਕਰੀਬਨ 1.5-2 ਕੁਇੰਟਲ ਬੂਟੇ ਟੱਕ ਬਣਤਲ ਜੀ। ਤੇ ਅਸੀਂ ਮੰਗ ਕਰਦੇ ਹਾਂ ਜੀ, ਜੋ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਜੀ, ਇਹਨਾਂ ਦੇ ਖਿਲਾਫ਼ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇ। ਉਲਟਾ ਇਹਨਾਂ ਦੇ ਕੋਈ ਸੱਟ ਨਹੀਂ ਲੱਗੀ, ਹਸਪਤਾਲ ਵਿੱਚ ਆ ਕੇ ਇਹਨਾਂ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਉਹਨਾਂ ਦੀ ਵੀਡੀਓ ਬਣਾ ਲਈ, ਬਿਲਕੁਲ ਸਾਫ਼ ਸੁਥਰੇ ਜਾ ਰਹੇ ਆ ਜੀ, ਕੋਈ ਸੱਟ ਨਹੀਂ ਲੱਗੀ, ਆਪ ਤੁਰ ਕੇ ਜਾ ਰਹੇ ਆ ਜੀ। ਉਲਟਾ ਪਰਚਾ ਬਣਾਉਣ ਵਾਸਤੇ ਵੀ ਸਾਡੇ ਸੱਟ ਇਹਨਾਂ ਨੇ ਮਾਰਤੀ ਹੈ ਜੀ, ਜਦ ਕਿ ਅਸੀਂ ਖਾਲੀ ਗਏ ਆ, ਮੌਕਾ ਦਿਖਾਉਣ ਗਏ ਆ, ਅਜੇ ਕੁਛ ਵੀ ਨਹੀਂ ਸੀ ਕੀਤਾ, ਅਸੀਂ ਮੌਕਾ ਦਿਖਾਉਣ ਗਿਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ। ਤੇ ਇਹਨਾਂ ਨੇ ਗੁੰਡਾਗਰਦੀ ਨੂੰ ਗੰਦਾ ਨਾਚ ਮਚਾਇਆ ਜੀ, ਇਹਨਾਂ ਤੇ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੀ। ਸਾਡੀ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਇਹਨਾਂ ਦੇ ਖਿਲਾਫ਼, ਇੱਕ ਤਾਂ ਜੋ ਇਹਨਾਂ ਨੇ ਬੂਟਿਆਂ ਦਾ ਕਤਲ ਕੀਤਾ ਹੈ, ਮਨ ਸੰਪਤੀ ਦਾ ਕਤਲ ਕੀਤਾ ਹੈ, ਉਹਦਾ ਪਰਚਾ ਦਰਜ ਕੀਤਾ ਜਾਵੇ। ਦੂਜਾ, ਜੇ ਇਹਨਾਂ ਸਾਡੇ ਤੇ ਜਾਨ ਕਾਤਲਾਨਾ ਜਾਨਲੇਵਾ ਹਮਲਾ ਕੀਤਾ ਹੈ, ਉਹਦੀ ਵੀ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਣੀ ਬਣਦੀ ਹੈ ਜੀ। ਉਹ ਵੀ ਇੱਥੇ ਦਾਖਲ? ਹਾਂਜੀ, ਇੱਥੇ ਹੈ ਜੀ। ਮੇਰਾ ਨਾਮ ਜਤਿੰਦਰ ਸਿੰਘ, ਸਨ ਆਫ ਧਿਆਨ ਸਿੰਘ, ਵਾਸੀ ਪਿੰਡ ਸਤਾਵਗੜ੍ਹ। ਇਹ ਮਾਮਲਾ ਮੈਂ 7-8 ਸਾਲ ਤੋਂ ਮੈਂ ਲੁਧਿਆਣੇ ਗ੍ਰੰਥੀ ਸਿੰਘ ਦੀ ਡਿਊਟੀ ਕਰ ਰਿਹਾ, ਤੇ ਆਪਣੇ ਜਿਹੜੇ ਮਨਜੀਤ ਸਿੰਘ ਨੇ ਇਹ ਵੀ ਗ੍ਰੰਥੀ ਸਿੰਘ ਨੇ, ਤੇ ਆਪਣੇ ਜੁਗਾਰ ਸਿੰਘ ਇਹ ਵੀ ਗ੍ਰੰਥੀ ਸਿੰਘ ਹੈ ਜੀ, ਗੁਰਨਾਮ ਸਿੰਘ ਸਨ ਆਫ ਅਜਮੇਰ ਸਿੰਘ ਇਹ ਵੀ ਗ੍ਰੰਥੀ ਸਿੰਘ ਹੈ ਜੀ। ਇਹ ਮੇਰੇ ਤੋਂ ਪਹਿਲਾਂ ਹੀ ਰੰਜਿਸ਼ ਰੱਖਦੇ ਸੀ, ਜਦੋਂ ਮੈਂ ਡਿਊਟੀ ਕਰਦਾ ਜਾ ਕੇ ਪ੍ਰੋਗਰਾਮ ਕਰਦੇ ਸੀਗੇ, ਤੇ ਮੇਰੇ ਨਾਲ ਸ਼ੁਰੂ ਤੋਂ ਰੰਜਿਸ਼ ਰੱਖਦੇ ਆ ਰਹੇ ਨੇ। ਤੇ ਮੈਨੂੰ ਵੈਸੇ ਜਿੱਦਾਂ ਪਾਠੀ ਸਿੰਘ ਆਪਾਂ ਜਾਂ ਕੋਈ ਪ੍ਰੋਗਰਾਮ ਕਰਦੇ ਨਾ, ਕੋਈ ਡਿਊਟੀ ਰੰਜਿਸ਼ ਰੱਖਦੇ ਨਾ, ਕੋਈ ਨਾ ਕੋਈ ਲੜਾਈ ਝਗੜਾ। ਫਿਰ ਮੈਂ ਆਪਣਾ 1 ਤਰੀਕ ਨੂੰ ਆਇਆ ਜੀ, ਆਪਣਾ ਇੱਥੇ ਪਿੰਡ ਵਿੱਚ ਸਤਾਵਗੜ੍ਹ ਆਪਣਾ ਕੰਮ ਕਾਰ ਸ਼ੁਰੂ ਕਰਨ ਵਾਸਤੇ, ਤੇ ਜਿੱਥੇ ਮੈਂ ਬਰਾਂਡਾ ਪਾ ਰਿਹਾ ਜੀ, ਉਹਦੇ ਨਾਲ ਮੈਂ ਪਪੂਲਰ ਲਾਏ ਸੀ 4-5 ਸਾਲ ਤੋਂ, ਤਾਂ ਉਹ ਪਟਾ ਰਿਹਾ ਸੀਗਾ। ਤੇ ਕੱਲ ਮਨਜੀਤ ਸਿੰਘ ਤੇ ਦੀਦਾਰ ਸਿੰਘ ਤੇ ਬੂਟਾ ਸਿੰਘ ਸਰਪੰਚ, ਠੀਕ ਹੈ ਜੀ, ਇਹ ਆਏ ਨੇ, ਘਰਦਿਆਂ ਨੂੰ ਗਾਲੀ ਗਲੋਚ ਕਰਕੇ ਗਏ ਨੇ, ਵੀਡੀਓ ਬਣਾ ਕੇ ਗਏ ਨੇ ਜੀ। ਤਾਂ ਘਰਦਿਆਂ ਨੇ ਮੈਨੂੰ ਦੱਸਿਆ ਕਿ ਮੈਂ ਇੱਟਾਂ ਲੈਣ ਗਿਆ ਸੀਗਾ, ਤੇ ਅੱਜ ਜਦੋਂ ਵੀਡੀਓ ਸਾਹਿਬ ਮੌਕੇ ਤੇ ਆਏ ਨੇ ਜੀ, ਮੌਕਾ ਦੇਖ ਰਹੇ ਸੀਗੇ, ਤੇ ਬੂਟਾ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ ਇਹਨਾਂ ਨੇ ਆ ਕੇ ਮਤਲਬ ਗਾਲੀ ਗਲੋਚ ਫਿਰ ਕਰਨਾ ਸ਼ੁਰੂ ਕੀਤਾ। ਗਾਲੀ ਗਲੋਚ ਕਰਦੇ ਸਮੇਂ ਸਾਡੇ ਹੱਥੋਂ ਪਾਈ ਹੋਈ, ਨਾ ਇਹਨਾਂ ਨੇ ਮੇਰੇ ਕੋਈ ਸੱਟ ਮਾਰੀ ਕਿਰਚ ਕਿਰਚ, ਨਾ ਮੈਂ ਇਹਨਾਂ ਦੀ ਮਾਰੀ ਹੈ, ਠੀਕ ਹੈ ਜੀ। ਝਗੜਾ ਕਰਦਿਆਂ ਇੱਟਾਂ ਤੇ ਗਿਰ ਪਈਆਂ, ਮੈਂ ਵੀ ਇੱਟਾਂ ਤੇ ਗਿਰਿਆ, ਮੇਰੇ ਵੀ ਇਹਨਾਂ ਦਾ ਕੜਾ ਲੱਗਿਆ ਜੀ, ਉਹ ਨੋਰਮਲ ਲੜਾਈ ਹੋਈ ਹੈ, ਠੀਕ ਹੈ। ਤੇ ਯਾਨੀ ਕਿ ਗਲਤ ਬੋਲਦੇ ਆ, ਠੀਕ ਹੈ। ਜਿਹੜਾ ਮਨਜੀਤ ਸਿੰਘ ਹੈ, ਹਾਂਜੀ, ਨਹੀਂ ਇਹ ਪੰਚਾਇਤੀ ਜ਼ਮੀਨ 'ਚ ਹੈ ਜੀ, ਸਾਰਿਆਂ ਦੇ 130 ਘਰ ਨੇ ਜੀ ਆਪਣੇ ਕਲੋਨੀ ਦੇ ਵਿੱਚ। ਵਿਦਾਰ ਸਿੰਘ ਨੇ ਆਪਣੇ ਘਰੋਂ ਵੀ ਪਟਾਏ ਨੇ, ਹੋਰ ਵੀ ਘਰਾਂ ਦੇ ਕਈਆਂ ਨੇ ਆਪਣੇ ਪੱਟੇ ਨੇ ਜੀ ਪਪੂਲਰ, ਤੇ ਅਸੀਂ ਵੀ ਆਪਣੇ ਮੰਨ ਲਓ ਬਰਾਂਡਾ ਪਾਉਣ ਵਾਸਤੇ ਆਪਾਂ ਉਹ ਪਪੂਲਰ ਪਟਾ ਲਏ ਨੇ ਜੀ, ਠੀਕ ਹੈ। ਜਿਹੜਾ ਮਨਜੀਤ ਸਿੰਘ ਜੀ, ਇੱਥੇ 306 ਦਾ ਪਰਚਾ ਜੀ, ਠੀਕ ਹੈ। ਇੱਕ ਹੋਰ ਪਰਚਾ ਜੀ, ਜਿਹੜਾ ਆਪਣੇ ਬੂਟਾ ਸਿੰਘ ਸਰਪੰਚ ਹੈ ਜੀ, ਜਿਹੜੇ ਸਾਡੇ ਸਰਪੰਚ ਸਾਹਿਬ ਸੀ ਧਰਮਪਾਲ ਸਿੰਘ, ਉਹਨਾਂ ਨੇ ਸੁਸਾਈਡ ਇਹਨਾਂ ਕਰਕੇ ਕੀਤਾ ਜੀ, ਜੋ ਵੀ ਉਹ ਬਿਆਨ ਹੋਏ ਨੇ ਉਹਨਾਂ ਦੇ, ਸਭ ਕੁਛ ਹੋਇਆ ਹੈ। ਪਰ ਜਦੋਂ ਵੀ ਆਉਣਾ ਗਲਤ ਹੈ, ਗਾਲੀ ਗਲੋਚ ਕਰਨਾ, ਜਾਂ ਜਦੋਂ ਆਪਣੇ ਵੀਡੀਓ ਸਾਹਿਬ ਆ ਗਏ ਨੇ ਜੀ, ਉਹ ਮੌਕਾ ਦੇਖ ਰਹੇ ਨੇ, ਇਹਨਾਂ ਦਾ ਆਉਣ ਦਾ ਮਤਲਬ ਹੀ ਨਹੀਂ ਸੀ ਜੀ। ਵੀਡੀਓ ਸਾਹਿਬ ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨ, ਠੀਕ ਹੈ, ਜੋ ਵੀ ਸਾਡੇ ਤੇ ਬਣਦੀ ਕਾਰਵਾਈ ਕਰਨ, ਇਹਨਾਂ ਨੇ ਐਪਲੀਕੇਸ਼ਨ ਵੀ ਦਿੱਤੀ 25 ਤਰੀਕ ਨੂੰ, ਅਸੀਂ ਵੀ ਦੇ ਕੇ ਆਏ, ਪਰ ਜੋ ਵੀ ਹੈ ਜੀ, ਵੀਡੀਓ ਸਭ ਸਾਡੇ ਤੇ ਕਰਨ ਕਾਰਵਾਈ, ਪਰ ਇਹਨਾਂ ਦਾ ਕੋਈ ਬੋਲਣ ਦਾ ਫਰਜ਼ ਨਹੀਂ, ਜਾਂ ਸਾਡੇ ਆ ਕੇ ਘਰੇ ਬੋਲਣ ਦਾ, ਗਾਲੀ ਗਲੋਚ ਕਰਨ ਦਾ ਜੀ। ਜੇ ਆਪਾਂ ਗੱਲ ਕਰੀਏ
ਹਾਂਜੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਜੀ, ਉਹਨਾਂ ਨੂੰ ਵੀ ਦੱਸਿਆ ਸੀ 130 ਘਰ ਲਈ ਜੀ, ਪਰ ਇਹਨਾਂ ਦਾ ਉੱਥੇ ਆਉਣ ਦਾ ਮਤਲਬ ਨਹੀਂ ਸੀ ਜਾਂ ਉੱਥੇ ਗਾਲੀ ਦੀ ਉਸ ਕਰਨਾ। ਹਾਂਜੀ ਪਪੂਲਰ ਜਿਹੜੇ ਆਪਣੇ ਡੇਰੇ ਚ ਨੇ, ਕਈ ਦਰਖਤ ਲੱਗਦੇ ਆ, ਕਈਆਂ ਦੇ ਡੇਕਾਂ ਲੱਗੀਆਂ, ਕਈਆਂ ਦੇ ਪਪੂਲਰ ਲੱਗੇ ਨੇ, ਆਪਣੇ ਲੋੜ ਮੁਤਾਬਕ ਸਾਰੇ ਪਟਾ ਲੈਂਦੇ ਨੇ, ਸਾਰਿਆਂ ਨੇ ਪਟਾਏ ਨੇ ਕਈ ਘਰਾਂ ਚ, ਸਾਡੇ ਤੇ ਕਈਆਂ ਦੇ ਆਪੇ ਹੀ ਹੈ ਜੀ, ਜੋ ਵੀ ਇਨਸਾਫ਼ ਚਾਹੀਦੇ ਸਾਨੂੰ, ਠੀਕ ਹੈ, ਗਾਲੀ ਗਲੋਚ ਜੋ ਵੀ ਕੀਤਾ ਇਹਨਾਂ ਨੇ, ਬਾਕੀ ਅਸੀਂ ਜੇ ਕੋਈ ਵੀ ਕਿਰਚ ਨਹੀਂ ਮਾਰੀ ਜੀ ਜਾਂ ਕੋਈ ਵੀ ਏਦਾਂ ਦਾ ਕੁਛ ਨਹੀਂ ਹੋਇਆ।